सत श्री अकाल, नमस्कार ते आदाब। मैं हाँ हरजिंद कौर मांगड़ ते तुसी देख रहे हो इंडोज़ टीवी। स्वागत है जी सारयां दा। बंदी छोड़ दिवस ते दिवाली दियां आप सारे दर्शकों नूं बहुत बहुत मुबारकां। शुरुआत करदे हां जी बुलेटिन दी, ते बुलेटिन दी शुरुआत करन लई साडे नाल जुड़ चुके ने जी रविंदरजीत सिंह चमक, जो कि ग्लैनवुड गुरुद्वारा साहिब दे चेयरमैन ने। आओ करदे हां जी उहनां दा स्वागत। बहुत बहुत स्वागत है जी तुहाडा। ਹਾਂਜੀ ਹਰਜਿੰਦ ਜੀ, ਸਤਿ ਸ੍ਰੀ ਅਕਾਲ ਔਰ ਸਾਰੇ ਤੁਹਾਡੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਤਿਕਾਰ, ਧੰਨਵਾਦ ਔਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰਿਆਂ ਨੂੰ ਬੰਦੀ ਛੋੜ ਦਿਵਸ ਔਰ ਦੀਵਾਲੀ ਦੀਆਂ ਬਹੁਤ ਬਹੁਤ ਨਿੱਘੀਆਂ ਮੁਬਾਰਕਾਂ ਜੀ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਬੰਦੀ ਛੋੜ ਦਿਵਸ ਦੀਆਂ। ਸੋ ਤੁਸੀਂ ਤਾਂ ਬਹੁਤ ਨੇੜਿਓਂ ਇਸ ਦਿਵਸ ਨੂੰ ਮਨਾ ਰਹੇ ਹੋਵੋਗੇ, ਕਿਉਂਕਿ ਤੁਸੀਂ ਗੁਰਦੁਆਰਾ ਗਲੈਨਵੁੱਡ ਸਾਹਿਬ ਦੇ ਚੇਅਰਪਰਸਨ ਹੋ। ਸੋ ਅੱਜ ਇਹ ਦੱਸੋ ਕਿਹੋ ਜਿਹੇ ਪ੍ਰਬੰਧ ਕੀਤੇ ਗਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ, ਕਿਉਂਕਿ ਇੱਕ ਫੇਮਸ ਗੁਰਦੁਆਰਾ ਕਹਿ ਲਓ, ਵਨ ਆਫ ਦਾ ਮੋਸਟ ਜਿਹੜਾ ਪਾਪੂਲਰ ਗੁਰਦੁਆਰਾ ਸਾਹਿਬ ਆ, ਜਿੱਥੇ ਸਾਰੀਆਂ ਸੰਗਤਾਂ, ਸਿੱਖ ਜਿਹੜੇ ਸਮੁਦਾਇ ਹੈਗੇ ਨੇ, ਇੰਡੀਅਨ ਕਮਿਊਨਿਟੀ ਜਿਹੜੀ ਹੈਗੀ ਆ, ਸਾਰਿਆਂ ਤੋਂ ਵੱਡਾ ਗੁਰਦੁਆਰਾ ਸਾਹਿਬ ਬਲੈਕ ਟਾਊਨ ਕੌਂਸਲ ਦੇ ਵਿੱਚ ਆਉਂਦਾ ਜੀ। ਸੋ ਸਾਰੀਆਂ ਕਮਿਊਨਿਟੀਜ਼ ਗੁਰਦੁਆਰਾ ਸਾਹਿਬ ਨਤਮਸਤਕ ਆਉਣਾ ਆਉਂਦੀਆਂ ਨੇ। ਕਿਹੋ ਜਿਹੇ ਮਾਹੌਲ ਨੇ ਜੀ, ਕਿਹੋ ਜਿਹੀਆਂ ਤਿਆਰੀਆਂ ਕੀਤੀਆਂ ਗਈਆਂ ਨੇ? ਪਿੱਛੇ ਜੇ ਕੋਵਿਡ ਜਿਹੜਾ ਸਿਚੁਏਸ਼ਨ ਬਣੀ ਰਹੀ ਹੈ 2 ਸਾਲਾਂ ਬਾਅਦ, ਹੁਣ ਕੁਛ ਰਿਸਟ੍ਰਿਕਸ਼ਨਸ ਨਿਊ ਸਾਊਥ ਵੈਲਸ ਦੇ ਵਿੱਚ ਈਜ਼ੀ ਕੀਤੀਆਂ ਗਈਆਂ ਨੇ। ਸੋ ਕੁੱਲ ਮਿਲਾ ਕੇ ਦੱਸੋ ਜੀ ਕਿਹੋ ਜਿਹੀ ਰੌਣਕ ਹੈ ਗੁਰਦੁਆਰਾ ਸਾਹਿਬ ਦੇ ਵਿੱਚ? ਹਾਂਜੀ ਹਰਜਿੰਦ ਜੀ, ਇਹ ਤੁਹਾਨੂੰ ਪਤਾ ਹੋਣਾ ਕਿ ਗਲੈਨਵੁੱਡ ਦਾ ਜਿਹੜਾ ਗੁਰੂ ਘਰ ਹੈ, ਆਸਟ੍ਰੇਲੀਆ ਨਹੀਂ ਸਮਾਂ ਕਿ ਸਦਰਨ ਹੈਮੀਸਫੀਅਰ ਦਾ ਸਭ ਤੋਂ ਵੱਡਾ ਗੁਰੂ ਘਰ ਹੈ ਔਰ ਇੱਥੇ ਬਹੁਤ ਅੱਜ ਚਹਿਲ ਪਹਿਲ ਹੈ ਔਰ ਇਹ ਦੀਵਾਲੀ ਦਾ ਦਿਨ ਔਰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਔਰ ਨਿਊ ਈਅਰ ਈਵ ਤੇ ਜਾਂ ਵਿਸਾਖੀ ਤੇ ਇਹ ਦਿਹਾੜੇ ਜਿਹੜੇ ਨੇ ਬੜੀ ਧੂਮਧਾਮ ਨਾਲ ਇੱਥੇ ਮਨਾਏ ਜਾਂਦੇ ਨੇ ਔਰ ਅੱਜ ਥੋੜਾ ਜਿਹਾ ਬਾਰਿਸ਼ ਦਾ ਮੌਸਮ ਹੋਣ ਕਰਕੇ ਥੋੜੀ ਜਿਹੀ ਸੰਗਤ ਘੱਟ ਹੈ ਔਰ ਨਹੀਂ ਤਾਂ ਸ਼ਾਮ ਨੂੰ ਮੋਸਟਲੀ ਜਿਹੜਾ ਕਿ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਜਿਹੜਾ ਬਹੁਤ ਰਸ਼ ਹੋ ਜਾਂਦਾ ਹੈ ਔਰ ਅਸੀਂ ਪੂਰੇ ਪ੍ਰਬੰਧ ਕੀਤੇ ਹਨ ਇਸ ਸਾਲ ਵੀ ਅਗਲੇ ਪਿਛਲੇ ਸਾਲਾਂ ਦੀ ਤਰ੍ਹਾਂ ਔਰ ਸਵੇਰ ਤੋਂ ਲਗਾਤਾਰ ਨੋਨ ਸਟੋਪ ਜਿਹੜਾ ਸਵੇਰੇ 4 ਵਜੇ ਤੋਂ ਪ੍ਰਕਾਸ਼ ਹੋ ਕੇ ਲਗਾਤਾਰ ਕੀਰਤਨ ਚੱਲ ਰਿਹਾ ਹੈ ਔਰ ਜਿਹੜੇ ਨੇ ਰਾਗੀ ਗੁਰੂ ਘਰ ਦੇ 2 ਰਾਗੀ ਜਥੇ ਨੇ ਤੇ ਹੋਰ ਜਿਹੜੇ ਨੇ ਬੱਚਿਆਂ ਦਾ ਰਾਗੀ ਜਥਾ ਹੈ ਔਰ ਹੋਰ ਤੰਤੀ ਸਾਜਾਂ ਵਾਲੇ ਇੱਕ ਸਾਡੇ ਨੌਜਵਾਨ ਸਿੰਘ ਨੇ ਮਨਵੀਰ ਸਿੰਘ, ਉਹ ਬਹੁਤ ਸੁੰਦਰ ਕੀਰਤਨ ਕਰਦੇ ਨੇ ਔਰ ਉਹਨਾਂ ਨੇ ਘਰ ਕੀਰਤਨ ਕਰਨਾ ਹੈ ਔਰ ਕਥਾਵਾਂ ਔਰ ਜਿਹੜੀਆਂ ਨੇ ਵਾਰਾਂ ਵੀ ਜਿਹੜੀਆਂ ਨੇ ਪੇਸ਼ ਕੀਤੀਆਂ ਜਾਣਗੀਆਂ ਔਰ ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਜਿਹੜਾ ਗੁਰੂ ਘਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਔਰ ਬਹੁਤ ਜਿਹੜੇ ਨੇ ਰਸ਼ ਹੁੰਦਾ ਹੈ ਔਰ ਘੱਟੋ ਘੱਟ ਨਹੀਂ ਤਾਂ ਪਿਛਲੇ ਅੰਦਾਜ਼ਿਆਂ ਦੇ ਮੁਤਾਬਿਕ 10 ਤੋਂ 12 ਹਜ਼ਾਰ ਦੇ ਤਕਰੀਬਨ ਸੰਗਤਾਂ ਜਿਹੜੀਆਂ ਨੇ ਇਸ ਦਿਨ ਗੁਰੂ ਘਰ ਵਿਖੇ ਦਰਸ਼ਨ ਕਰਨ ਆਉਂਦੀਆਂ ਨੇ ਔਰ ਬੜੀ ਗਹਿਮਾ ਗਹਿਮੀ ਔਰ ਬੜਾ ਸੁੰਦਰ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ। ਹਾਂਜੀ, ਔਰ ਇਸ ਸਾਲ ਕੁਛ ਕੋਵਿਡ ਕਰਕੇ ਸਾਨੂੰ ਲੱਗਦਾ ਹੈ ਕਿ ਕੁਛ ਥੋੜਾ ਮਤਲਬ ਕਿ ਘੱਟ ਜਿਹੜਾ ਹੈਗਾ ਰਸ਼ ਹੋਵੇਗਾ ਔਰ ਕਿਉਂਕਿ ਲੋਕੀ ਕਈ ਹਜੇ ਜਿਹੜੇ ਨੇ ਉਹ ਆਪਣਾ ਥੋੜਾ ਜਿਹਾ ਸਹਿਮੇ ਹੋਏ ਨੇ ਔਰ ਉਹ ਬੱਚਿਆਂ ਦੇ ਨਾਲ, ਕਿਉਂਕਿ ਬੱਚੇ ਹਜੇ ਕਈ ਵੈਕਸੀਨੇਟਡ ਨਹੀਂ ਨੇ ਤੇ ਉਹਨਾਂ ਦੇ ਨਾਲ ਸ਼ਾਇਦ ਉਹ ਗੁਰਦੁਆਰਾ ਸਾਹਿਬ ਨਾ ਆ ਸਕਣ। ਬਾਕੀ ਸਾਡੇ ਵੱਲੋਂ ਪੂਰਾ ਪ੍ਰਬੰਧ ਹੈ ਜੀ ਔਰ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਇੰਨਾ ਰਸ਼ ਹੋ ਜਾਂਦਾ ਕਿ ਸਾਨੂੰ ਬੈਠਣ ਵਾਸਤੇ, ਸੰਗਤ ਦੇ ਬੈਠਣ ਵਾਸਤੇ ਸਾਨੂੰ ਜਗ੍ਹਾ ਜਿਹੜੀ ਹੈ ਉਹ ਖਾਲੀ ਕਰਵਾਉਣੀ ਪੈਂਦੀ ਹੈ ਕਿਉਂਕਿ ਹੁਣ ਕੋਵਿਡ ਦੇ ਦੌਰਾਨ ਸਟਿਲ ਇੱਥੇ ਹਜੇ 4 ਸਕੁਅਰ ਮੀਟਰ ਦਾ ਜੋ ਰੂਲ ਹੈ ਇੱਕ ਪਰਸਨ ਪਿੱਛੇ, ਉਹ ਸਾਨੂੰ ਮੇਨਟੇਨ ਸੇਫਟੀ ਜਿਹੜੇ ਸਾਨੂੰ ਧਿਆਨ ਦੇ ਵਿੱਚ ਰੱਖ ਕੇ ਸਾਨੂੰ ਸਾਰੇ ਪ੍ਰਬੰਧ ਕਰਨੇ ਪਏ ਹਨ ਜੀ। ਹਾਂਜੀ ਜੀ ਜੀ। ਸੋ ਲੰਗਰ ਸਾਹਿਬ ਦੀ ਕਿਸ ਤਰ੍ਹਾਂ ਦੀ ਪ੍ਰਥਾ ਚੱਲ ਰਹੀ ਹੈ ਜੀ ਅੱਜ? ਸੋ ਲੰਗਰ ਦੇ ਵਿੱਚ ਤੁਸੀਂ ਅਲਾਊਡ ਕੀਤਾ ਜੀ ਸੰਗਤ ਸਾਨੂੰ ਆਉਣ ਲਈ? ਹਾਂਜੀ, ਨਹੀਂ ਲੰਗਰ ਇਸ ਤਰ੍ਹਾਂ ਵੀ ਰਸ਼ ਬਹੁਤ ਹੋਣ ਕਰਕੇ ਅਸੀਂ ਔਰ ਕੋਵਿਡ ਕਰਕੇ ਅਸੀਂ ਜਿਹੜੇ ਲੰਗਰ ਨੇ ਉਹ ਟਿਫਨ ਸਰਵਿਸ ਜਿਹੜੀ ਹੈ ਉਹ ਅਸੀਂ ਕਰ ਰਹੇ ਹਾਂ ਉੱਥੇ ਗੁਰੂ ਘਰ ਵਿੱਚ ਸੰਗਤਾਂ ਨੂੰ ਮਠਿਆਈਆਂ ਔਰ ਲੰਗਰ ਜੋ ਗੁਰੂ ਘਰ ਵੱਲੋਂ ਬਣੇਗੇ ਔਰ ਉਹ ਸਾਰੇ ਅਸੀਂ ਜਿਹੜੇ ਨੇ ਟਿਫਨ ਵਿੱਚ ਪਾ ਕੇ ਅਸੀਂ ਅੱਗੇ ਵੀ ਇਸ ਤਰ੍ਹਾਂ ਜਿਹੜੇ ਵੱਡੇ ਗੁਰਪੁਰਬ ਹੁੰਦੇ ਨੇ ਜਾਂ ਵੱਡੇ ਦਿਨ ਤਿਉਹਾਰ ਹੁੰਦੇ ਨੇ ਉਹਨਾਂ ਤੇ ਟਿਫਨ ਸਰਵਿਸ ਹੀ ਕਰਦੇ ਹਾਂ ਕਿਉਂਕਿ ਲੰਗਰ ਹਾਲ ਦੇ ਵਿੱਚ ਬਹੁਤ ਰਸ਼ ਹੋ ਜਾਂਦਾ ਔਰ ਫਿਰ ਮੇਨਟੇਨ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ, ਇਸ ਕਰਕੇ ਅਸੀਂ ਉਹ ਟਿਫਨ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਜੀ। ਹਾਂਜੀ ਜੀ। ਦੀਵਾਲੀ ਕਿਸ ਤਰੀਕੇ ਨਾਲ ਮਨਾਉਣ ਦੀ ਸੋਚ ਰਹੇ ਹੋ ਜੀ ਇਸ ਵਾਰ? ਪ੍ਰਦੂਸ਼ਣ ਫ੍ਰੀ ਦੀਵਾਲੀ ਮਨਾ ਰਹੇ ਹੋ ਜਾਂ ਫਿਰ ਬੰਬ ਪਟਾਕਿਆਂ ਦਾ ਇੰਤਜ਼ਾਮ ਕੀਤਾ ਗਿਆ? ਨਹੀਂ ਜੀ, ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਅੱਜ ਬਾਰਿਸ਼ ਦਾ ਮੌਸਮ ਆ, ਵੈਸੇ ਵੀ ਪਿਛਲੇ ਕਈ ਸਾਲਾਂ ਤੋਂ ਅਸੀਂ ਇਸੇ ਪ੍ਰਦੂਸ਼ਣ ਦਾ ਧਿਆਨ ਰੱਖਦੇ ਹੋਏ ਵਾਤਾਵਰਨ ਨੂੰ ਜਿਹੜਾ ਸੁਰੱਖਿਅਤ ਕਰਨ ਵਾਸਤੇ ਅਸੀਂ ਪਟਾਕੇ ਵਗੈਰਾ ਨਹੀਂ ਅਸੀਂ ਚਲਾਉਂਦੇ ਔਰ ਜਿਹੜੇ ਨੇ ਉਸ
ਉਸ ਤੇ ਉਲਟ ਜਿਹੜਾ ਹੋਰ ਗੁਰੂ ਘਰ ਵਿਖੇ ਬੜੀ ਜਿਹੜੀ ਆਪਣੇ ਜਿਹੜੀਆਂ ਲਾਈਟਾਂ ਲਾ ਕੇ ਔਰ ਉਸ ਤਰ੍ਹਾਂ ਦਾ ਜਿਹੜਾ ਹੈਗਾ ਗੁਰੂ ਘਰ ਨੂੰ ਸੁੰਦਰ ਤਰੀਕੇ ਨਾਲ ਜਿਹੜਾ ਹੈਗਾ ਦਿਖਾਇਆ ਜਾਂਦਾ ਹੈ। ਔਰ ਇਹ ਸਭ ਕੁਛ ਐਤਕੀ ਜੋ ਇਹ ਦਿਵਸ ਆਇਆ ਹੈ ਇਹ ਆਪਣੇ ਇਹਨਾਂ ਦਿਨਾਂ ਵਿੱਚ ਹੀ ਨਵੰਬਰ 84 ਦੇ ਜੋ ਜਿਹੜੇ ਨੇ ਦੁਖਾਂਤ ਸੀ ਉਸਨੂੰ ਵੀ ਮੱਦੇ ਨਜ਼ਰ ਰੱਖਦੇ ਹੋਏ ਥੋੜਾ ਜਿਹਾ ਐਤਕੀ ਅਸੀਂ ਲੋ ਕੀ ਰੱਖਿਆ ਹੈ। ਔਰ ਦੂਸਰਾ ਸਾਡੇ ਕਿਸਾਨ ਵੀਰ ਜੋ ਪਿਛਲੇ 1 ਸਾਲ ਤੋਂ ਬਾਰਡਰਾਂ ਉੱਤੇ ਬੈਠੇ ਜੂਝ ਰਹੇ ਨੇ ਸਰਕਾਰ ਦੇ ਨਾਲ, ਉਸਨੂੰ ਵੀ ਧਿਆਨ ਰੱਖਦੇ ਹੋਏ ਉਹਨਾਂ ਦਾ ਵੀ ਦੁੱਖ ਦਰਦ ਸਮਝਦੇ ਹੋਏ ਅਸੀਂ ਇਸ ਨੂੰ ਥੋੜਾ ਜਿਹਾ ਜਿਹੜਾ ਲੋ ਕੀ ਆਪਰੇਸ਼ਨ ਰੱਖਿਆ ਹੈ ਇਸ ਸਾਲ। ਜੀ ਹਾਂਜੀ ਜੀ ਬਿਲਕੁਲ, ਤੁਹਾਨੂੰ ਵੀ ਬ੍ਰਿਸਬੇਨ ਬਾਰੇ ਦੱਸਦੀ ਹੈ ਜੀ। ਬ੍ਰਿਸਬੇਨ ਦੇ ਵਿੱਚ ਖੂਬ ਰੌਣਕਾਂ ਲੱਗੀਆਂ ਹੋਈਆਂ ਨੇ, ਦੁਕਾਨਾਂ ਸਾਰੀਆਂ ਬਿਜ਼ੀ ਨੇ, ਮਠਿਆਈ ਲੈਣ ਲਈ ਲੋਕਾਂ ਦੀ ਭੀੜ ਲੱਗੀ ਹੋਈ ਹੈ, ਕਿਉਂਕਿ ਨਿਊ ਸਾਊਥ ਵੈਲਸ ਤੋਂ ਕੁਈਨਜ਼ਲੈਂਡ ਦੀ ਸਿਚੁਏਸ਼ਨ ਥੋੜ੍ਹੀ ਵੱਖਰੀ ਹੈ। ਜਦੋਂ ਤੋਂ COVID-19 ਦੀ ਸਿਚੁਏਸ਼ਨ ਸ਼ੁਰੂ ਹੋਈ ਆ, ਇੱਥੇ ਨਾ ਮਾਤਰ ਹੀ ਕੇਸ ਆਏ ਨੇ, ਜੇਕਰ ਆਏ ਨੇ ਬੜੀ ਛੇਤੀ ਗੌਰਮੈਂਟ ਵੱਲੋਂ ਉਹਨਾਂ ਨੂੰ ਕੰਟਰੋਲ ਕੀਤਾ ਗਿਆ ਜੀ। ਸੋ ਗੁਰਦੁਆਰਾ ਸਾਹਿਬ ਲੋਗਨ ਰੋਡ ਜੀ, ਸਿੱਖ ਟੈਂਪਲ ਜਿਹੜਾ ਸਾਡਾ ਗੁਰੂ ਘਰ ਹੈਗਾ, ਬ੍ਰਿਸਬੇਨ ਦਾ ਸਭ ਤੋਂ ਵੱਡਾ ਗੁਰੂ ਘਰ ਆ, ਉੱਥੇ ਰੌਣਕਾਂ ਲੱਗ ਰਹੀਆਂ ਜੀ। ਗੁਰਦੁਆਰਾ ਸਾਹਿਬ ਦੇ ਵਿੱਚ ਲੋਕਾਂ ਦਾ ਜਿਹੜਾ ਸੰਗਤ ਨੇ ਆਉਣਾ ਸ਼ੁਰੂ ਕਰ ਦਿੱਤਾ, ਗੁਰੂ ਘਰ ਦੇ ਵਿੱਚ ਲੰਗਰ ਅਤੁੱਟ ਵਰਤ ਰਿਹਾ, ਨਾਲ ਹੀ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਸਾਡੇ ਨਾਲ ਗੁਰਦੁਆਰਾ ਸਾਹਿਬ ਨੇ, ਉਹਨਾਂ ਉੱਥੇ ਵੀ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ। ਬਾਕੀ ਹਿੰਦੂ ਭਰਾ ਆਪਣੀ ਰੀਤੀ ਰਿਵਾਜ਼ਾਂ ਦੇ ਨਾਲ ਦੀਵਾਲੀ ਨੂੰ ਸੈਲੀਬ੍ਰੇਟ ਕਰਦੇ ਨੇ ਜੀ, ਕਿਉਂਕਿ ਉਹਨਾਂ ਦਾ ਵੀ ਜਿਹੜਾ ਇਤਿਹਾਸ ਹੈ, ਹਿੰਦੂ ਧਰਮ ਦਾ ਇਤਿਹਾਸ ਇਸ ਦੀਵਾਲੀ ਦੇ ਦਿਨ ਨਾਲ ਮਿਲਿਆ ਹੋਇਆ। ਸੋ ਮੰਦਰਾਂ ਦੇ ਵਿੱਚ ਵੀ ਰੌਣਕਾਂ ਲੱਗੀਆਂ ਹੋਈਆਂ। ਇੰਡੋਸ ਟੀਵੀ ਵੱਲੋਂ ਅੱਜ ਕਵਰ ਕੀਤਾ ਜਾਏਗਾ ਪ੍ਰੋਗਰਾਮ, ਅਤੇ ਕੱਲ੍ਹ ਨੂੰ ਅਸੀਂ ਉਸ ਪ੍ਰੋਗਰਾਮ ਨੂੰ ਜ਼ਰੂਰ ਦਿਖਾਵਾਂਗੇ ਜੀ ਦਰਸ਼ਕਾਂ ਨੂੰ। ਸੋ ਬੜਾ ਵਧੀਆ ਚੱਲ ਰਿਹਾ ਜੀ ਆਸਟ੍ਰੇਲੀਆ ਦੇ ਵਿੱਚ, ਖਾਸ ਕਰਕੇ ਤੁਹਾਡੇ ਜਿਹੜੇ ਪ੍ਰੀਮੀਅਰ ਹੈਗੇ ਨੇ ਡੋਮਿਨਿਕ, ਉਹਨਾਂ ਨੇ ਕਾਫੀ ਰਾਹਤਾਂ ਦਿੱਤੀਆਂ ਨੇ ਲੋਕਾਂ ਨੂੰ, ਦੇਰ ਆਏ ਦਰੁਸਤ ਆਏ, ਚਲੋ ਬਹੁਤ ਟਾਈਮ ਬਾਅਦ ਜਿਹੜੇ ਹੈਗੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਸੋ ਆਦਾਨ ਪ੍ਰਦਾਨ ਹੋ ਗਿਆ ਜੀ ਲੋਕਾਂ ਦੇ ਆਉਣ ਜਾਣ ਲਈ ਵੀ, ਸੋ ਲੋਕਾਂ ਨੇ ਸੁੱਖ ਦਾ ਸਾਹ ਲਿਆ। ਅਸੀਂ ਇਹੀ ਕਹਾਂਗੇ ਕਿ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ, ਅਤੇ ਆਉਣ ਵਾਲੇ ਸਮਾਂ ਜਿਹੜਾ ਆਉਣ ਵਾਲਾ ਸਮਾਂ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਤੁਹਾਡੇ ਲਈ ਸੁਖਦਾਇਕ ਹੋਵੇ, ਅਤੇ COVID-19 ਤੋਂ ਜਿਹੜਾ ਸਿਚੁਏਸ਼ਨ ਹੈਗੀ ਉਹ ਤੋਂ ਰੱਬ ਸਾਨੂੰ ਦੂਰ ਰੱਖੇ ਇਸ ਸਮੇਂ। ਅਸੀਂ ਦੀਵਾਲੀ ਦੇ ਮੌਕੇ ਸਾਰੀਆਂ ਸ਼ੁਭ ਕਾਮਨਾਵਾਂ ਅਤੇ ਉਮੀਦ ਕਰਦੇ ਹਾਂ। ਵੱਧਦੇ ਹਾਂ ਜੀ ਅਗਲੀ ਖਬਰ ਵੱਲ। ਅਗਲੀ ਖਬਰ ਕਾਫੀ ਦੁਖਦਾਇਕ ਹੈ ਰਵਿੰਦਰਜੀਤ ਸਿੰਘ ਜੀ। ਦਿੱਲੀ ਗੁਰਦੁਆਰਾ ਰਕਾਬਗੰਜ ਦੇ ਗ੍ਰੰਥੀ ਦੇ ਪੁੱਤਰ, ਜੋ ਕਿ ਸਿਰਫ 19 ਸਾਲਾਂ ਦੇ, ਮਹਿਜ 19 ਸਾਲਾਂ ਦੇ ਸਨ ਜੀ, ਉਹਨਾਂ ਨੂੰ ਇਕੱਲੇ ਬੱਚੇ ਨੂੰ ਨੌਜਵਾਨਾਂ ਵੱਲੋਂ ਕੁਝ ਅਜਿਹੇ ਗੁੰਡਾ ਅਨਸਰ ਆਏ, ਰੌੜਾ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। ਬਹੁਤ ਹੀ ਮੰਦਭਾਗੀ ਖਬਰ ਹੈ ਜੀ। ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ ਜੀ। ਹਾਂਜੀ ਹਰਜਿੰਦਰ ਜੀ, ਇਹ ਬਹੁਤ ਹੀ ਦੁਖਦਾਈ ਖਬਰ ਹੈ। ਔਰ ਜਿਸ ਤਰੀਕੇ ਨਾਲ ਵੀਡੀਓ ਆਈਆਂ ਨੇ ਬਾਹਰ ਔਰ ਦੇਖ ਕੇ ਬੜਾ ਸੋਗਮਈ ਜਿਹੜਾ ਹੈ ਆਪਣਾ ਵਾਤਾਵਰਨ ਬਣ ਗਿਆ ਹੈ। ਔਰ ਕੁਛ ਕੁਛ ਕਹਿਣ ਨੂੰ, ਕੁਛ ਕਰਨ ਨੂੰ, ਕੁਛ ਮਤਲਬ ਕਿ ਸੁਝਦਾ ਨਹੀਂ ਕਿ ਕਿਸ ਤਰੀਕੇ ਨਾਲ ਕੀ ਹੱਲ ਇਸ ਚੀਜ਼ ਦਾ ਕੱਢਿਆ ਜਾਵੇ। ਜਿਹੜੀਆਂ ਘੱਟ ਗਿਣਤੀਆਂ ਨੇ, ਖਾਸ ਕਰਕੇ ਮੁਸਲਮਾਨ ਔਰ ਸਿੱਖ ਨੇ, ਉਹਨਾਂ ਪ੍ਰਤੀ ਦਿਨ ਬ ਦਿਨ ਇਹੋ ਜਿਹੜੇ ਨੇ ਤਸ਼ੱਦਦ ਦੀਆਂ ਘਟਨਾਵਾਂ, ਇੰਨੀ ਵਹਿਸ਼ੀਅਤ ਔਰ ਇੰਨੀ ਜ਼ਹਿਰ ਸਮਝ ਨਹੀਂ ਆਉਂਦੀ ਵੀ ਇਹ ਕਿਉਂ ਸਿੱਖਾਂ ਦੇ ਪ੍ਰਤੀ ਔਰ ਦੂਸਰੇ ਘੱਟ ਗਿਣਤੀਆਂ ਦੇ ਪ੍ਰਤੀ ਇੰਨਾ ਜ਼ਿਆਦਾ ਜਿਹੜਾ ਜ਼ਬਰ ਜ਼ੁਲਮ ਕੀਤਾ ਜਾ ਰਿਹਾ ਹੈ। ਔਰ ਵੱਡੀ ਗੱਲ ਇਹ ਹੈ, ਤੁਸੀਂ ਵੀਡੀਓ ਜੇ ਦੇਖੋ ਤਾਂ ਉਹਦੇ ਵਿੱਚ ਲੋਕ ਕੋਲ ਦੀ ਆਰਾਮ ਦੇ ਨਾਲ ਨਿਕਲ ਰਹੇ ਨੇ ਔਰ ਕੁਛ ਵੀ ਕੋਈ ਵੀ ਕਿਸੇ ਦੀ ਕੋਈ ਹਿੰਮਤ ਨਹੀਂ ਪੈਂਦੀ ਵੀ ਉਹ ਉਹਨਾਂ ਨੂੰ, ਗੁੰਡਿਆਂ ਨੂੰ ਰੋਕ ਸਕੇ ਜਾਂ ਉਹਨਾਂ ਨੂੰ ਪੁੱਛ ਸਕੇ। ਉਹ ਸ਼ਰੇਆਮ ਬਾਜ਼ਾਰ ਦੇ ਵਿੱਚ ਇਸ ਨੌਜਵਾਨ ਨੂੰ ਬੇਰਹਿਮੀ ਦੇ ਨਾਲ, ਇਹਨਾਂ ਜਾਨਵਰਾਂ ਤੋਂ ਵੀ ਭੈੜੀ ਜਿਹੜੀ ਆ ਹਾਲਾਤ ਵਿੱਚ ਨਾਲ ਉਹਨੂੰ ਕੁੱਟ ਮਾਰ ਕਰ ਰਹੇ ਨੇ। ਔਰ ਇਕੱਲੇ ਇਕੱਲੇ ਬੱਚੇ ਦਾ ਜਿਹੜਾ ਕਿ ਉਹਨੂੰ ਉਹਨੂੰ ਕੱਪੜਿਆਂ ਤੋਂ ਨਗਨ ਕਰਕੇ ਔਰ ਉਸਦੀ ਕੁੱਟਮਾਰ ਇੰਨੀ ਜ਼ਿਆਦਾ ਕੀਤੀ ਗਈ ਕਿ ਉਹ ਹਸਪਤਾਲ ਵਿੱਚ ਜਾ ਕੇ ਉਹ ਜਿਹੜਾ ਦਮ ਤੋੜ ਗਿਆ। ਔਰ ਇਹ ਇੰਨੇ ਘੱਟ ਉਮਰ ਔਰ 19 ਸਾਲ ਦਾ ਬੱਚਾ ਜਿਸਨੂੰ ਕਿ ਜਿਹੜਾ ਇੰਨਾ ਵਹਿਸ਼ੀਅਤ ਤਰੀਕੇ ਦੇ ਨਾਲ ਉਸਦਾ ਕਤਲ ਕੀਤਾ ਗਿਆ ਹੈ। ਸੋ ਰਵਿੰਦਰਜੀਤ ਸਿੰਘ ਜੀ, ਕੀ ਸਮਝਦੇ ਹੋ ਕਿ ਕਿਉਂ ਅਜਿਹੇ ਤਸ਼ੱਦਦ ਹੋ ਰਹੇ ਨੇ ਘੱਟ ਗਿਣਤੀ, ਖਾਸ ਕਰਕੇ ਸਿੱਖਾਂ ਦੇ ਉੱਤੇ, ਸਿੱਖਾਂ ਦੇ ਬੱਚਿਆਂ ਦੇ ਉੱਤੇ, ਜਦਕਿ ਇਸ ਸਮੇਂ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ, ਕਿਸ ਤਰੀਕੇ ਨਾਲ ਤੁਸੀਂ ਇਸ ਘਟਨਾ ਨੂੰ ਦੇਖਦੇ ਹੋ? ਦੇਖੋ ਜੀ, ਇਹ ਸਰਕਾਰਾਂ ਜੋ ਅੱਜ ਕੱਲ੍ਹ ਦੀਆਂ ਸਰਕਾਰਾਂ ਨੇ, ਉਹਨਾਂ ਨੇ ਇਹ ਮਾਹੌਲ
पैदा किया है और लोगों के विच धर्म के प्रति इन्नी ज्यादा नफरत क्रिएट की है सिखां दे विरुद्ध। इस खास करके आह जिहड़ा किसानी अंदोलन है इहदे विच सिखां नूं सीधे तौर ते सिखां नूं टारगेट किया गया, कदे उहनां नूं खालिस्तानी, कदे उहनां नूं अतवादी, कदे उहनां नूं वक्खवादी और की ना उहनां नूं ਦੇ ਕੇ ਉਹਨਾਂ ਨੂੰ ਜਿਹੜਾ ਕਿ ਬੇਇੱਜ਼ਤ ਕੀਤਾ ਜਾ ਗਿਆ ਹੈ। ਔਰ ਹੁਣੇ ਤੁਸੀਂ ਪਿੱਛੇ ਆਪਣੇ ਜਿਹੜਾ ਯੂਪੀ ਦੇ ਵਿੱਚ ਜਿਹੜਾ ਲਖੀਮਪੁਰ ਵਿਖੇ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਜਿਹੜਾ ਉੱਥੋਂ ਦਾ ਜਿਹੜਾ ਗ੍ਰਹਿ ਮੰਤਰੀ ਦਾ ਸਹਾਇਕ ਗ੍ਰਹਿ ਮੰਤਰੀ ਉਸਦੇ ਪੁੱਤਰ ਨੇ ਕਿਸ ਤਰ੍ਹਾਂ ਜੀਪਾਂ ਤੇ ਕਾਰਾਂ ਦੇ ਨਾਲ ਜਿਹੜਾ ਕਿਸਾਨਾਂ ਨੂੰ ਦਰੜ ਦਿੱਤਾ ਔਰ ਉਹਨਾਂ ਉਹਨਾਂ ਦੀ ਜਿਹੜੀ ਇਸ ਇਸ ਇਹੋ ਜਿਹੀਆਂ ਘਟਨਾਵਾਂ ਨੂੰ ਸਰਕਾਰ ਜਾਂ ਕਾਨੂੰਨ ਕੋਈ ਵੀ ਜਿਹੜਾ ਸੀਰੀਅਸਲੀ ਨਹੀਂ ਲੈਂਦਾ, ਕਿਉਂਕਿ ਇਹ ਲੋਕ ਜਿਹੜੇ ਨੇ ਬਦਮਾਸ਼ ਗੁੰਡੇ ਲੋਕ ਨੇ, ਇਹ ਸਾਰੇ ਜਿਹੜੇ ਨੇ ਸਿਆਸਤਦਾਨਾਂ ਦੇ ਜਿਹੜੇ ਪਾਲੇ ਦੇ ਗੁੰਡੇ ਨੇ, ਜਿਹੜੇ ਕਿ ਉਹਨਾਂ ਦੀ ਸ਼ਹਿ ਦੇ ਨਾਲ ਇਹੋ ਜਿਹੇ ਕਾਰੇ ਕਰਕੇ ਤੇ ਮੁੜ ਕੇ ਉਹਨਾਂ ਦੀ ਬੁੱਕਲ ਵਿੱਚ ਜਾ ਕੇ ਲੁਕ ਜਾਂਦੇ ਨੇ। ਔਰ ਇਹਨਾਂ ਦਾ ਕਾਨੂੰਨੀ ਤੌਰ ਤੇ ਐਡਾ ਜਿਹੜਾ ਲੰਬਾ ਪ੍ਰੋਸੈਸ ਹੈ ਔਰ ਜਿਹੜਾ ਉਮਰਾਂ ਬੀਤ ਜਾਂਦੀਆਂ ਨੇ ਜਿਹੜੀਆਂ ਇਨਸਾਫ ਲੈਂਦਿਆਂ ਲੈਂਦਿਆਂ, ਤੁਸੀਂ ਦੇਖੋ ਵੀ ਅੱਜ ਤੱਕ ਨਵੰਬਰ 84 ਨੂੰ 37ਵਾਂ ਸਾਲ ਹੋ ਚੁੱਕਿਆ ਹੈ ਔਰ ਹਜੇ ਤੱਕ ਵੀ ਜਿਹੜਾ ਕੋਈ ਉਹਦਾ ਕਿਸੇ ਵੀ ਦੋਸ਼ੀ ਨੂੰ ਕੋਈ ਸਜ਼ਾ ਨਹੀਂ ਮਿਲੀ। ਔਰ ਜਿਹੜਾ ਜਗਦੀਸ਼ ਟਾਈਟਲਰ ਵਰਗਾ ਜਿਸਦਾ ਨਾਂ ਆਉਂਦਾ ਹੈ, ਉਸਨੂੰ ਹਲੇ ਵੀ ਜਿਹੜਾ ਕਾਂਗਰਸ ਪਾਰਟੀ ਜਿਹੜੀ ਪੂਰੀ ਨਵਾਜਦੀ ਹੈ ਉਹਨੂੰ ਪੂਰੀਆਂ ਸੀਟਾਂ ਦੇ ਵਿੱਚ ਔਰ ਉਹਨੂੰ ਵੱਡੀਆਂ ਵੱਡੀਆਂ ਜਿਹੜੀਆਂ ਨੇ ਤਰੱਕੀਆਂ ਦੇ ਕੇ ਉਹਨੂੰ ਜਿਹੜੇ ਉਹਦੇ ਬਹੁਤ ਅਹਿਮ ਜਿਹੜਾ ਅਹੁਦੇ ਤੇ ਇਸ ਵੇਲੇ ਸਰਕਾਰ ਨੇ ਰੱਖਿਆ ਹੋਇਆ। ਤੁਸੀਂ ਉੱਥੋਂ ਕੀ ਕੀ ਆਸ ਕਰਦੇ ਹੋ ਤੁਸੀਂ ਇਹੋ ਜਿਹੇ ਸਿਸਟਮ ਤੋਂ, ਔਰ ਜੋ ਕਿ ਸਾਰਾ ਸਾਰਾ ਸਿਸਟਮ ਖਰਾਬ ਹੋ ਚੁੱਕਾ ਹੈ ਔਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਸਾਡੇ ਜਿਹੜੇ ਨੇ ਸਾਡੀਆਂ ਜੜ੍ਹਾਂ ਜੋ ਕਿ ਹਜੇ ਵੀ ਹਿੰਦੁਸਤਾਨ ਵਿੱਚ ਸਾਡੀਆਂ ਹੈ ਨੇ ਔਰ ਸਾਨੂੰ ਇਸ ਚੀਜ਼ ਦਾ ਬਹੁਤ ਦੁੱਖ ਹੋ ਰਿਹਾ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਲੋਕ ਇਸ ਚੀਜ਼ ਦੇ ਵਿਰੁੱਧ ਉੱਠਣ ਔਰ ਆਪਣੀ ਜਿਹੜੀ ਆਪਣੀ ਨੈਤਿਕਤਾ ਦੇ ਆਧਾਰ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹੋ ਜਿਹੇ ਜਿਹੜੇ ਕਾਰਨਾਮੇ ਨੇ ਇਹੋ ਜਿਹੇ ਕਾਰੇ ਨੇ ਉਹਨਾਂ ਨੂੰ ਰੋਕਣ ਵਿੱਚ ਜਿਹੜਾ ਕਿ ਸਹਾਈ ਹੋਣ, ਤਾਂ ਕਿ ਕਿਉਂਕਿ ਪੁਲਿਸ ਵੀ ਕੁਛ ਨਹੀਂ ਕਰਦੀ ਹੈ ਔਰ ਨਾ ਹੀ ਕਾਨੂੰਨ ਕੁਛ ਕਰਦਾ ਹੈ ਔਰ ਸਿਆਸਤ ਇੰਨੀ ਗੰਦੀ ਮਾੜੀ ਹੋ ਚੁੱਕੀ ਹੈ ਕਿ ਇਸ ਦਾ ਕੋਈ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਔਰ ਦਿਨ ਬ ਦਿਨ ਹਾਲਾਤ ਜਿਹੜੇ ਨੇ ਹੋਰ ਬਦਤਰ ਹੁੰਦੇ ਜਾਂਦੇ ਨੇ। ਹਾਂਜੀ ਜੀ, ਬਹੁਤ ਬਹੁਤ ਸ਼ੁਕਰੀਆ ਰਵਿੰਦਰਜੀਤ ਸਿੰਘ ਜੀ ਇਸ ਸਾਰੀ ਜਾਣਕਾਰੀ ਦੇ ਲਈ। ਉਮੀਦ ਕਰਦੇ ਹਾਂ ਕਿ ਦੀਵਾਲੀ ਦੇ ਦਿਨ ਕੁਛ ਲੋਕ ਜਿਹੜੇ ਲਰਨ ਕਰਨ, ਬੰਦੀ ਛੋੜ ਦਿਵਸ ਅੱਜ ਖਾਸ ਕਰਕੇ ਸਿੱਖਾਂ ਦੇ ਨਾਲ ਜੁੜਿਆ ਹੋਇਆ ਇਹ ਦਿਵਸ ਆ, ਕਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ 'ਚੋਂ 52 ਰਾਜਿਆਂ ਨੂੰ ਛੁਡਾ ਕੇ ਲੈ ਕੇ ਆ ਰਹੇ ਸਨ, ਸੋ ਸ਼ਾਂਤੀ ਦਾ ਪ੍ਰਤੀਕ। ਉਮੀਦ ਕਰਦੇ ਹਾਂ ਕਿ ਕੁਝ ਨਾ ਕੁਝ ਲੋਕ ਇਸ ਸਾਲ ਸਿੱਖ ਲੈਣ, ਕੁਝ ਨਾ ਕੁਝ ਕਰਨ ਦੀ ਜਿਹੜੀ ਹੈਗੀ ਆ ਆਪਣੇ ਮਨਾਂ ਦੇ ਵਿੱਚ ਤਾਦ ਰੱਖਣ, ਤਾਂ ਕਿ ਜੋ ਆਲੇ ਦੁਆਲੇ ਸਾਰੀ ਅਰਾਜਕਤਾ ਫੈਲੀ ਹੋਈ ਹੈ ਜਾਂ ਇੱਕ ਦੂਜੇ ਪ੍ਰਤੀ ਵੈਰ ਵਿਰੋਧ ਫੈਲਿਆ ਹੋਇਆ ਉਹ ਸਾਰਾ ਇਹਦਾ ਸਾਰਾ ਮਿਟ ਜਾਵੇ ਤੇ ਲੋਕੀ ਜਿਹੜੇ ਹੈਗੇ ਯੂਨਾਈਟਿਡ ਹੋ ਜਾਣ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਹਾਂਜੀ, ਧੰਨਵਾਦ ਜੀ ਹਰਜਿੰਦਰ ਜੀ ਤੁਹਾਡਾ ਵੀ, ਔਰ ਆਸ ਕਰਦੇ ਹਾਂ ਕਿ ਇਹ ਮਨੁੱਖਾਂ ਦੀ ਜਿਹੜੇ ਪ੍ਰਤੀ ਜਿਹੜਾ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਆਏਗੀ ਔਰ ਜਿਹੜੇ ਇਹੋ ਜਿਹੜੇ ਨੇ ਹਿੰਸਕ ਘਟਨਾਵਾਂ ਨੇ ਉਹਨਾਂ ਨੂੰ ਰੋਕਥਾਮ ਮਿਲਣਗੀ। ਜੇ ਇਹਨਾਂ ਚੀਜ਼ਾਂ ਤੇ ਨਹੀਂ ਕੋਈ ਰੋਕ ਹੁੰਦੀ ਤਾਂ ਅੱਜ ਇਹੋ ਜਿਹੜੇ ਨੇ ਖੁਸ਼ੀ ਦੇ ਅਵਸਰ ਜਿਹੜੇ ਨੇ ਉਹ ਵੀ ਜਿਹੜੇ ਮਨਾਉਣੇ ਜਿਹੜੇ ਨੇ ਇਹਨਾਂ ਜਿਹੜਾ ਉਹਨਾਂ ਦਾ ਸਵਾਦ ਜਿਹੜਾ ਬਿਲਕੁਲ ਫਿੱਕਾ ਪੈ ਜਾਂਦਾ ਜੀ, ਫਿੱਕਾ ਪੈ ਜਾਂਦਾ ਔਰ ਇਸ ਕਰਕੇ ਜਿਹੜਾ ਮਨ ਬਹੁਤ ਦੁਖੀ ਹੈ। ਪਰ ਸਿੰਘ ਸਰਦਾਰ ਸਿੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਔਰ ਅਸੀਂ ਆਸ ਕਰਦੇ ਹਾਂ ਕਿ ਸਾਰੇ ਸਾਰੇ ਜਗਤ ਨੂੰ ਇਸ ਤਰ੍ਹਾਂ ਦੇ ਕਾਰਨਾਮੇ ਤੋਂ ਰਾਹਤ ਮਿਲੇਗੀ। ਔਰ ਆਪ ਜੀ ਦਾ ਔਰ ਇੰਡੋਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਆਪਣੇ ਦਰਸ਼ਕਾਂ ਦੇ ਸਨਮੁਖ ਇੱਕ ਵਾਰ ਫਿਰ ਪੇਸ਼ ਹੋਣ ਦਾ ਮੌਕਾ ਬਖਸ਼ਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦਰਸ਼ਕੋ, ਤੁਹਾਡੇ ਤੋਂ ਵੀ ਸਮਾਂ ਹੋ ਚੱਲਿਆ ਜੀ ਇਜਾਜ਼ਤ ਲੈਣ ਦਾ। ਉਮੀਦ ਕਰਦੇ ਹਾਂ ਕਿ ਦੀਵਾਲੀ ਦਾ ਦਿਵਸ, ਮੰਦੀ ਛੋੜ ਦਿਵਸ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇਗਾ। ਧੰਨਵਾਦ।